ਸਵਰਗੀਏ ਕਬੱਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ। ਕਬੱਡੀ ਖੇਡ ਜਗਤ ਵਿੱਚ ਬਾਬਾ ਬੋੜ ਮੰਨੇ ਜਾਂਦੇ ਕੌਮਾਂਤਰੀ ਕਬੱਡੀ ਖਿਡਾਰੀ ਲੰਘੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਪਰਲੋਕ ਗਮਨ ਕਰ ਗਏ ਸਨ। ਅੱਜ ਗੁਰਦੁਆਰਾ ਬੌਲੀ ਸਾਹਿਬ ਨਿਡਾਲਾ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਭਾਈ ਕਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਰਾਗਮਈ ਕੀਰਤਨ ਕੀਤਾ। ਉਪਰੰਤ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਡਾਕਟਰ ਆਸਾ ਸਿੰਘ ਘੁੰਮਣ, ਰਿਟਾਇਰ SSP ਜਗਜੀਤ ਸਿੰਘ ਪਤਾਣਾ, ਰਿਟਾਇਰ ਤਹਿਸੀਲਦਾਰ ਗੁਰਮੀਤ ਸਿੰਘ ਨੇ ਜਿੱਥੇ ਪ੍ਰੀਤਮ ਸਿੰਘ ਦੇ ਕਬੱਡੀ ਖੇਡ ਜਗਤ 'ਤੇ ਚਾਨਣਾ ਪਾਇਆ, ਉੱਥੇ ਉਹਨਾਂ ਵੱਲੋਂ ਦਿੱਤੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ। ਇਸ ਦੌਰਾਨ ਪਿੰਡ ਵਿੱਚ ਪ੍ਰੀਤਮ ਸਿੰਘ ਪ੍ਰੀਤਾ ਦੀ ਯਾਦਗਾਰ ਸਥਾਪਿਤ ਕਰਨ ਲਈ ਬਾਬਾ ਮੱਖਣ ਸ਼ਾਹ ਲੁਬਾਣਾ ਸੁਸਾਇਟੀ ਨਿਡਾਲਾ ਵੱਲੋਂ 1,00,000 ਰੁਪਈਆ, ਗੁਰੂ ਹਰਗੋਬਿੰਦ ਪਬਲਿਕ ਸਕੂਲ ਨਿਡਾਲਾ ਵੱਲੋਂ 21,000 ਰੁਪਈਆ ਅਤੇ ਜਗਜੀਤ ਸਿੰਘ ਭਗਤਾਨਾ, ਗੁਰਮੀਤ ਸਿੰਘ ਤਹਿਸੀਲਦਾਰ, ਦਲਜੀਤ ਸਿੰਘ ਨਿਡਾਲਾ, ਖੇਡ ਪ੍ਰਮੋਟਰ ਹਰਨੇਕ ਨੇਕਾ ਮੈਰੀਪੁਰੀਆ ਅਤੇ ਹੋਰਨਾਂ ਵੱਲੋਂ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਕੌਮਾਂਤਰੀ ਕਮੈਂਟਰ ਇੰਦਰਜੀਤ ਸਿੰਘ ਪੱਡਾ ਨੇ ਕੀਤਾ। ਇਸ ਦੌਰਾਨ ਪ੍ਰੀਤਮ ਸਿੰਘ ਪ੍ਰੀਤਾ ਕਬੱਡੀ ਖਿਡਾਰੀ ਦੀ ਖੇਡ ਜੀਵਨ ਨਾਲ ਸੰਬੰਧਿਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਉੱਥੇ ਲਗਾਈ ਗਈ। ਇਸ ਮੌਕੇ ਨੰਬਰਦਾਰ ਬਲਰਾਮ ਸਿੰਘ ਮਾਨ, ਪ੍ਰੀਤਮ ਸਿੰਘ ਚੀਮਾ, SP ਪੂਰਨ ਸਿੰਘ ਘੁੰਮਣ, ਪੰਡਿਤ ਸਤਪਾਲ ਲਾਹੌਰੀਆ, ਨੰਬਰਦਾਰ ਦਰਜਿੰਦਰ ਸਿੰਘ, ਡਾਕਟਰ ਨਰਿੰਦਰਪਾਲ ਬਾਬਾ, ਅਵਤਾਰ ਸਿੰਘ ਮੁਲਤਾਨੀ, ਰਾਮ ਸਿੰਘ ਨਿਡਾਲਾ, ਬਿੱਕਰ ਸਿੰਘ ਮਾਨ, ਰਵਿੰਦਰ ਸਿੰਘ ਘੋਤਲਾ, ਮਾਸਟਰ ਬਲਦੇਵ ਰਾਜ, ਮਨਜਿੰਦਰ ਸਿੰਘ ਲਾਡੀ, ਹਰਭਜਨ ਸਿੰਘ ਵਾਲੀਆ, ਮਨਪ੍ਰੀਤ ਸਿੰਘ ਵਾਲੀਆ, ਅਮਰਜੀਤ ਸਿੰਘ ਖੱਖ, ਇੰਦਰਜੀਤ ਸਿੰਘ ਖੱਖ, ਪਰਮਜੀਤ ਸਿੰਘ ਕੰਗ, ਹਰਪਾਲ ਸਿੰਘ ਘੁੰਮਣ, ਜਸਵੀਰ ਸਿੰਘ ਪੀਟੀ, ਸੰਦੀਪ ਮਾਟੋਨੀ, ਗੁਰਪਿੰਦਰ ਸੋਨੂੰ, ਹਰਜਿੰਦਰ ਸਿੰਘ ਸਾਹੀ, ਸੰਜੀਵ ਜੋਸ਼ੀ, ਗੋਲੀ ਪਹਿਲਵਾਨ ਦੌਲਤਪੁਰੀਆ, ਰਣਧੀਰ ਸਿੰਘ ਧੀਰਾ ਡਡਵਿੰਡੀ, ਜਗਦੀਪ ਵੰਝ ਸ਼ਿੰਦਾ USA, ਇੰਦਰਜੀਤ ਸਿੰਘ DP, ਸੁੱਖਾ ਮਕਸੂਦਪੁਰ, ਪਵਿੱਤਰ ਸਿੰਘ ਪਿੱਤਾ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਹਾਜ਼ਰ ਸਨ। ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਟੇਜ ਸੈਕਟਰੀ ਸਾਹਿਬ ਨੇ, ਇੰਦਰਜੀਤ ਹੋਣਾ ਨੇ, ਬਹੁਤ ਵਧੀਆ ਸ਼ਬਦਾਂ ਦੇ ਵਿੱਚ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦਾ ਸਪੋਰਟਸ ਦੇ ਵਿੱਚ ਯੋਗਦਾਨ, ਇੱਕ ਅੱਛੇ ਇਨਸਾਨ ਹੋਣਾ ਉਹਨਾਂ 'ਤੇ ਚਾਨਣਾ ਪਾਇਆ। ਅਤੇ ਜਗਜੀਤ ਸਿੰਘ ਹੋਣਾ ਨੇ ਤਾਂ ਬਹੁਤ ਬਰੀਕੀ 'ਚ ਜਾ ਕੇ ਜੋ ਉਹਨਾਂ ਦੀਆਂ ਅਚੀਵਮੈਂਟ ਸੀ ਸਰਦਾਰ ਪ੍ਰੀਤਮ ਸਿੰਘ ਜੀ ਹੋਣਾ ਦੀਆਂ ਜ਼ਿੰਦਗੀ 'ਚ, ਉਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਨਾਲ ਸਾਂਝਾ ਕੀਤਾ। ਕਈ ਵਾਰੀ ਮਜਮੂਈ ਤੌਰ 'ਤੇ ਆਪਾਂ ਸਭ ਨੂੰ ਪਤਾ ਸੀਗਾ ਕਿ ਬਹੁਤ ਅੱਛੇ ਖਿਡਾਰੀ ਨੇ ਕਬੱਡੀ ਵਿੱਚ, ਉਹਨਾਂ ਨੇ ਸਾਡਾ ਨਾਮ, ਸਾਡੇ ਇਲਾਕੇ ਦਾ ਨਾਮ, ਨਡਾਲੇ ਦਾ ਨਾਮ ਦੇਸ਼ ਭਰ ਵਿੱਚ, ਵਿਦੇਸ਼ਾਂ ਤੱਕ ਵੀ ਪਹੁੰਚਾਇਆ। ਪਰ ਕਈ ਵਾਰੀ ਆਹ ਜਿਹੜੀਆਂ ਅਚੀਵਮੈਂਟਸ ਕਿ ਉਹ ਹੋਰ ਵੀ ਸਪੋਰਟਸਮੈਨ ਸੀਗੇ ਕਿ ਜੈਵਲੀਨ ਥਰੋ ਵੀ ਕਰਦੇ ਸੀ ਜਾਂ ਬਾਸਕਟਬਾਲ ਖੇਡਦੇ ਸੀਗੇ, ਇਹ ਆਪਾਂ ਨੂੰ ਕਈ ਵਾਰੀ ਸਭ ਨੂੰ ਇਹਦੇ ਬਾਰੇ ਇਲਮ ਨਹੀਂ ਹੁੰਦਾ। ਤੋ ਮੈਂ ਸਮਝਦਾ ਕਿ ਪ੍ਰੀਤਮ ਸਿੰਘ ਜੀ ਇੱਕ ਬੜੀ ਅੱਛੀ ਅਰਥ ਵਾਲੀ ਜ਼ਿੰਦਗੀ ਜੀ ਕੇ ਗਏ ਨੇ, ਬਹੁਤ ਅਚੀਵ ਕਰਕੇ ਗਏ ਨੇ। ਕਿਉਂਕਿ ਜਿਹੜਾ ਕੋਈ ਵੀ ਕੰਪੀਟੀਸ਼ਨ ਹੈ ਨਾ, ਆਪਾਂ ਸਕੂਲ ਪੱਧਰ 'ਤੇ ਸੋਚ ਕੇ ਦੇਖੀਏ, ਆਪਾਂ ਸਾਰੇ ਸਕੂਲਾਂ 'ਚੋਂ ਪੜ੍ਹੇ ਹਾਂ, ਉੱਥੇ ਬੜਾ ਡਿਫਿਕਲਟ ਹੁੰਦਾ। ਉੱਥੇ ਵੀ ਕੋਈ ਚੀਜ਼ ਜਿੱਤਣਾ, ਚਾਹੇ ਪੜ੍ਹਾਈ ਆ ਅਤੇ ਚਾਹੇ ਖੇਡਾਂ ਨੇ, 100 ਮੀਟਰ ਦੀ ਦੌੜ ਹੀ ਲਾ ਲਓ, ਆਪਾਂ ਇੱਕ ਟਰੈਕ 'ਤੇ 10 ਬੰਦੇ ਖੜ੍ਹੇ ਹੁੰਦੇ ਹਾਂ, ਉਹਦੇ 'ਚ ਨਹੀਂ ਜਿੱਤ ਸਕਦੇ। ਇਹ ਤਾਂ ਫਿਰ ਅੱਗੇ ਯੂਨੀਵਰਸਿਟੀ ਲੈਵਲ ਦੇ ਉੱਤੇ, ਫਿਰ ਉਹ ਤੋਂ ਬਾਅਦ ਨੈਸ਼ਨਲ ਲੈਵਲ ਦੇ ਉੱਤੇ ਇਹ ਜਿਹੜੀਆਂ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ, ਇਹਦੇ ਲਈ ਕੀ ਚਾਹੀਦਾ? ਮੈਂ ਸਮਝਦਾ ਬਹੁਤ ਸਟਰੋਂਗ ਵਿਲ ਪਾਵਰ ਹੁੰਦੀ ਆ। ਕੋਈ ਵੀ ਕੰਪੀਟੀਸ਼ਨ ਜ਼ਿੰਦਗੀ 'ਚ ਜਿੱਤਣਾ ਨਾ, ਜੇ ਤੁਸੀਂ ਮਾਨਸਿਕ ਤੌਰ 'ਤੇ ਮਾੜੇ ਜਿਹੇ ਵੀ ਕਮਜ਼ੋਰ ਆ, ਅਤੇ ਉਹ ਤਾਂ ਐਵੇਂ ਪਲਾਂ ਦਾ ਸਿਸਟਮ ਹੁੰਦਾ ਸਾਰਾ, ਫੈਸਲਾ ਲੈਣਾ ਤੁਸੀਂ ਕਿ ਮੈਂ ਹੁਣ ਇਹਨੂੰ ਜੱਫਾ ਕਿੱਦਾਂ ਪਾਉਣਾ, ਇਹਨੂੰ ਰੋਕਣਾ ਕਿੱਦਾਂ, ਜਾਂ ਮੈਂ ਰੇਡ ਕਿੱਦਾਂ ਮਾਰਨੀ ਆ, ਇਹ ਬਹੁਤ ਮੈਂਟਲ ਸਟਰੈਂਥ ਦਾ ਮੁਜ਼ਾਰਾ ਕਰਦਾ ਕੰਪੀਟੀਸ਼ਨ। ਔਰ ਜਿਉਂ ਜਿਉਂ ਕੰਪੀਟੀਸ਼ਨ ਉੱਤੇ ਜਾਂਦਾ, ਤਿਉਂ ਤਿਉਂ ਕੰਪੀਟੀਸ਼ਨ ਤਿੱਖਾ ਹੁੰਦਾ, ਅਤੇ ਉੱਥੇ ਤੁਹਾਡਾ ਇਮਤਿਹਾਨ ਜਿਹੜਾ ਮੈਂਟਲ ਸਟਰੈਂਥ ਆ। ਜਿਸਮਾਨੀ ਤੌਰ 'ਤੇ ਤਾਂ ਆਪਾਂ
ਵਰਜਿਸ਼ ਕਰਦੇ ਹਾਂ, ਡੰਡ ਬੈਠਕਾਂ ਕੱਢ, ਵੇਟਸ ਮਾਰ, ਬਾਡੀ ਅੱਛੀ ਤੁਸੀਂ ਬਣਾ ਸਕਦੇ ਹੋ, ਪਰ ਮੈਂਟਲ ਸਟਰੈਂਥ ਪਿੱਛੇ ਹੋਣੀ ਕਿਸੇ ਵੀ ਕੰਪੀਟੀਸ਼ਨ ਦਾ ਬਹੁਤ ਵੱਡਾ ਇੰਪੋਰਟੈਂਟ ਰੋਲ ਹੈ। ਸੋ ਮੈਂ ਸਮਝਦਾ ਕਿ ਇਹਨਾਂ ਵਿੱਚ ਉਹ ਵਾਹਿਗੁਰੂ ਨੇ ਇਹ ਦਾਤ ਦਿੱਤੀ ਹੋਈ ਸੀਗੀ, ਤਾਂ ਕਰਕੇ ਉਹ ਉਸ ਲੈਵਲ ਤੱਕ ਪਹੁੰਚੇ। ਇਸ ਤੋਂ ਇਲਾਵਾ ਮੈਂ ਕਹੂੰਗਾ ਕਿ ਅੱਜ ਦੇ ਯੁੱਗ ਵਿੱਚ ਜਿਹੜੀ ਸਪੋਰਟਸ ਆ ਇਹ ਬਹੁਤ ਲੋੜਵੰਦ ਚੀਜ਼ ਆ। ਜਿੰਨੀ ਪੜ੍ਹਾਈ ਜ਼ਰੂਰੀ ਆ ਉਨੀ ਸਪੋਰਟਸ ਜ਼ਰੂਰੀ ਆ। ਜੇ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣਾ ਤਾਂ ਖੇਡਣਾ ਹੀ ਬਹੁਤ ਜ਼ਰੂਰੀ ਆ, ਪੜ੍ਹਨਾ ਵੀ ਬਹੁਤ ਜ਼ਰੂਰੀ, ਲੇਕਿਨ ਖਿਡਾ, ਕਿਉਂਕਿ ਜਦੋਂ ਆਪਾਂ ਕਿਸੇ ਵੀ ਗੇਮ ਨੂੰ ਅਡੋਪਟ ਕਰਦੇ ਹਾਂ ਉਹਦੇ ਤੁਹਾਡਾ ਬਹੁਤ ਓਵਰਆਲ ਗਰੋਥ ਹੁੰਦੀ ਆ, ਉਹਦੇ ਤੁਹਾਡੇ ਬੜੇ ਅੱਛੇ ਅੰਦਰੋਂ ਜਦੋਂ ਤੁਸੀਂ ਜ਼ੋਰ ਲਾਉਂਦੇ ਹੋ, ਕੋਈ ਮਿਹਨਤ ਕਰਦੇ ਹੋ, ਜਦੋਂ ਤੁਸੀਂ ਪਸੀਨਾ ਕੱਢਦੇ ਹੋ, ਤੁਹਾਡੇ ਅੰਦਰੋਂ ਅੱਛੇ ਕੈਮੀਕਲਸ ਰਿਲੀਜ਼ ਹੁੰਦੇ ਜਿਹੜੇ ਤੁਹਾਨੂੰ ਸੰਤੁਸ਼ਟੀ ਦਿੰਦੇ ਨੇ, ਤੁਹਾਨੂੰ ਖੁਸ਼ ਰੱਖਦੇ ਨੇ। ਬਹੁਤ ਸਾਰੇ ਖਿਡਾਰੀ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਵੀ ਅਖੀਰ ਤੱਕ ਲੱਗੇ ਰਹਿੰਦੇ, ਕਿਉਂਕਿ ਉਹਨਾਂ ਨੂੰ ਇੱਦਾਂ ਜਿੱਦਾਂ ਇੱਕ ਕੋਈ ਆਦਤ ਅੱਛੀ ਪੈ ਗਈ ਹੁੰਦੀ ਹੈ। ਮੈਂ ਆਪਣਾ ਹੀ ਤੁਹਾਨੂੰ ਮਜ਼ਾ ਦੱਸਦਾ, ਮੈਂ ਕਿਸੇ ਕੰਪੀਟੀਸ਼ਨ ਤਾਂ ਨਹੀਂ ਗਿਆ, ਲੇਕਿਨ ਮੈਂ ਸਕੂਲ ਪੱਧਰ ਤੋਂ ਹੀ ਹਮੇਸ਼ਾ ਸਪੋਰਟਸ ਵਿੱਚ ਬਹੁਤ ਹਿੱਸਾ ਲਿਆ, ਅਤੇ ਸਾਡਾ ਜਿਹੜਾ ਸਕੂਲ ਸੀਗਾ ਉਹ ਸਾਰੀਆਂ ਸਪੋਰਟਸ ਹੀ ਖਿਡਾਉਂਦੇ ਸੀ, ਆਲ ਰਾਊਂਡ, ਮਤਲਬ ਕਿ ਬੋਕਸਿੰਗ ਵੀ, ਐਥਲੈਟਿਕਸ ਵੀ, ਜਿਮਨਾਸਟਿਕਸ ਵੀ, ਔਰ ਸਵਿਮਿੰਗ ਵੀ, ਅਤੇ ਹੋਰ ਸਾਰੀਆਂ ਖੇਡਾਂ। ਅਤੇ ਬਸ ਉਦੋਂ ਦਾ ਸ਼ੌਂਕ ਪਿਆ, ਹੁਣ ਅੱਜ ਤੱਕ ਮੈਂ ਉਹਨੂੰ ਫੋਲੋ ਕਰਦਾ ਵਾਂ, ਕਿਉਂਕਿ ਐਂ ਲੱਗਦਾ ਜਦੋਂ ਨਹੀਂ ਕਰਦੇ ਕੇਰੀ ਆਪਾਂ ਨਹੀਂ ਕਰ ਸਕਦੇ, ਕਿਉਂਕਿ ਰੁਝੇਵੇਂ ਇੰਨੇ ਜ਼ਿਆਦਾ ਹੁੰਦੇ ਨੇ। ਅਤੇ ਮੈਂ ਸਮਝਦਾ ਕਿ ਮਹੀਨੇ 'ਚ ਮੈਂ 15 ਦਿਨ ਵੀ ਆਪਣੇ ਲਈ ਕੱਢ ਸਕਾਂ ਇੱਕ ਘੰਟਾ, ਤਾਂ ਉਹ ਤੁਹਾਨੂੰ ਬਹੁਤ ਸੰਤੁਸ਼ਟੀ ਦਿੰਦਾ, ਤੁਸੀਂ ਅੱਛਾ ਮਹਿਸੂਸ ਕਰਦੇ ਹੋ। ਇਹ ਸਪੋਰਟਸ ਦਾ ਬਹੁਤ ਵੱਡਾ ਯੋਗਦਾਨ ਹੈ। ਕਬੱਡੀ ਸਾਡੀ ਲੋਕਪ੍ਰਿਯ ਗੇਮ ਹੈ ਪੰਜਾਬ ਦੀ, ਆਪਾਂ ਦੁਨੀਆ ਦੇ ਇਹਨੂੰ ਬਿਲਕੁਲ ਸਾਰੇ ਸੈਂਟਰਲ ਪਲੈਟਫਾਰਮ 'ਤੇ ਸਪੋਰਟਸ ਵਿੱਚ ਪਹੁੰਚਾ ਦਿੱਤਾ ਹੋਇਆ ਵਾ ਇੰਡੀਆ ਦਾ। ਫਿਰ ਪੰਜਾਬ ਦਾ ਬਹੁਤ ਵੱਡਾ ਰੋਲ ਹੈ ਉਹਦੇ 'ਚ, ਬੜੇ ਵੱਡੇ ਵੱਡੇ ਮਹਾਨ ਆਪਣੇ ਇਲਾਕੇ ਦੇ ਕਿੰਨੇ ਕਬੱਡੀ ਦੇ ਪਲੇਅਰਸ ਹੁਣੇ ਆਪਾਂ ਗਿਣ ਕੇ ਬੜੀਆਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ। ਇੱਕ ਥੋੜ੍ਹਾ ਜਿਹਾ ਫਰਕ ਹੈਗਾ, ਜਦੋਂ ਪ੍ਰੀਤਮ ਸਿੰਘ ਜੀ ਹੁਣੀ ਜਾਂ ਪੁਰਾਣੇ ਖੇਡਦੇ ਸੀ, ਇਹ ਪਿਓਰਲੀ ਔਰਗੈਨਿਕ ਸਟਰੈਂਥ ਨਾਲ ਖੇਡਦੇ ਸੀਗੇ, ਕੋਈ ਸਪਲੀਮੈਂਟ ਨਹੀਂ ਸੀਗਾ, ਕੋਈ ਨਸ਼ਾ ਨਹੀਂ ਸੀ, ਕੋਈ ਇੰਜੈਕਸ਼ਨ ਨਹੀਂ ਲਾਉਣਾ, ਕੋਈ ਸਟੀਰੋਇਡ ਨਹੀਂ ਦੇਣਾ। ਆ ਹੁਣ ਥੋੜ੍ਹਾ ਘਪਲਾ ਜਿਹਾ ਹੋ ਗਿਆ ਵਿੱਚ, ਜੇ ਤੁਸੀਂ ਕਿਤੇ ਟੈਂਪਰੇਰੀ ਤੌਰ 'ਤੇ ਕੋਈ ਸਟੀਰੋਇਡ ਵਗੈਰਾ ਲਾ ਕੇ ਕੋਈ ਮੱਲ ਮਾਰ ਵੀ ਲੈਂਦੇ ਹਾਂ, ਅਲਟੀਮੇਟਲੀ ਤੁਸੀਂ ਹੈਲਥ ਖਰਾਬ ਕਰ ਰਹੇ ਹੋ। ਕੋਈ ਵੀ ਡਰੱਗ ਇਨਫਿਊਜ਼ ਕਰਨਾ, ਖਾਸ ਤੌਰ 'ਤੇ ਸਪੋਰਟਸ, ਵੈਸੇ ਉਹ ਸਭ ਲਈ ਮਾੜਾ, ਪਰ ਸਪੋਰਟਸ ਦਾ ਇੰਨੀ ਜ਼ਿਆਦਾ ਉਹਦੇ 'ਚ ਤੁਹਾਨੂੰ ਆਪਣੀ ਬੋਡੀ ਨੂੰ ਡਰੱਗ ਫਰੀ ਰੱਖਣਾ ਪੈਂਦਾ, ਤਾਂ ਹੀ ਉਹ ਤੁਸੀਂ ਕਿਸੇ ਲੈਵਲ ਤੱਕ ਪਹੁੰਚ ਸਕਦੇ। ਹੁਣ ਕਬੱਡੀ ਅੱਜ ਵੀ ਆਪਣੀ ਬੜੀ ਅੱਛੀ ਗੇਮ ਹੈਗੀ ਆ, ਲੇਕਿਨ ਆਹ ਜਿਹੜੀਆਂ ਸ਼ਿਕਾਇਤਾਂ ਜਿਹੀਆਂ ਆਉਂਦੀਆਂ ਇਹ ਮਾੜੀਆਂ ਨੇ, ਇਹ ਆਪਾਂ ਨੂੰ ਪਰੇ ਕਰਨੀਆਂ ਚਾਹੀਦੀਆਂ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਇਹ ਜਿਹੜਾ ਦੁਨੀਆ ਹੈ ਇਹ ਕੁਦਰਤ ਦੀ ਵਿਧੀ ਆ, ਜਿਹੜਾ ਇੱਥੇ ਆਇਆ ਉਹਨੇ ਸਭ ਨੇ ਚੱਲ ਜਾਣਾ ਵਾ। ਜੇ ਪ੍ਰੀਤਮ ਸਿੰਘ ਜੀ ਵਾਂਗੂ ਆਪਾਂ ਕੋਈ ਅਚੀਵ ਕਰਕੇ ਜਾਂਦੇ ਹਾਂ ਅਤੇ ਪਰਿਵਾਰ ਦਾ ਵੀ ਨਾਮ ਫਕਰ ਨਾਲ ਸਿਰ ਉੱਤਾ ਹੁੰਦਾ ਅਤੇ ਇਲਾਕਿਆਂ ਅਤੇ ਪਿੰਡਾਂ ਦਾ ਨਾਮ ਵੀ ਚੰਗਾ ਹੁੰਦਾ। ਇਸ ਕਰਕੇ ਯਤਨ ਸਭ ਦਾ ਇਹੀ ਹੋਣਾ ਚਾਹੀਦਾ ਵੀ ਕੁਛ ਨਾ ਕੁਛ ਕਿਤੇ ਨਾ ਕਿਤੇ ਕਿਸੇ ਹੋਰ ਵਾਸਤੇ ਵੀ ਕਰਕੇ ਜਾਈਏ, ਕਿਸੇ ਸੂਬੇ ਲਈ, ਦੇਸ਼ ਲਈ, ਕੌਮ ਲਈ, ਇਲਾਕੇ ਲਈ, ਪਿੰਡ ਲਈ, ਮੁਹੱਲੇ ਲਈ ਬਹੁਤ ਕੁਛ ਕੀਤਾ ਜਾ ਸਕਦਾ। ਕੋਈ ਜ਼ਰੂਰੀ ਨਹੀਂ ਕਿ ਕਿਸੇ ਮੁਕਾਮ 'ਤੇ ਪਹੁੰਚ ਕੇ ਕੀਤਾ ਜਾ ਸਕਦਾ। ਬਹੁਤ ਸਾਰੇ ਇੱਦਾਂ ਦੇ ਸੋਸ਼ਲ ਵਰਕਰਸ ਨੇ ਜ਼ਿੰਦਗੀ 'ਚ ਜਿਹੜੇ ਗੁੰਮਨਾਮ ਹੀ ਚਲੇ ਗਏ, ਲੇਕਿਨ ਉਹਨਾਂ ਨੂੰ ਤਸੱਲੀ ਬਹੁਤ ਹੁੰਦੀ ਹੈ। ਕੋਈ ਤੁਸੀਂ ਜ਼ਿੰਦਗੀ ਚੰਗਾ ਕੰਮ ਕਰਦੇ ਹਾਂ ਤਾਂ ਤੁਹਾਡਾ ਜਿਹੜਾ ਦਿਲ ਹੈ ਉਹ ਸੰਤੁਸ਼ਟ ਹੁੰਦਾ ਵਾ, ਤੁਹਾਡੀ ਆਤਮਾ ਸੰਤੁਸ਼ਟ ਹੁੰਦੀ ਆ। ਮੋਟੇ ਤੌਰ 'ਤੇ ਮੈਂ ਇਹੀ ਗੱਲਾਂ ਕਹਿ ਸਕਦਾ। ਮੈਂ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਹਮਦਰਦੀ ਕਰਦਾ ਵਾਂ, ਬਹੁਤ ਅੱਛਾ ਪਰਿਵਾਰ ਆ। ਮੈਨੂੰ ਬਹੁਤ ਵਾਰ ਮੌਕਾ ਮਿਲਿਆ ਬੈਠਣ ਦਾ, ਉੱਠਣ ਦਾ, ਬਹੁਤ ਅੱਛੇ ਇਨਸਾਨ, ਬੜੇ ਫਰਾਕ ਦਿਲ, ਔਰ ਸਪੋਰਟਸਮੈਨ ਵੈਸੇ ਬੜੇ ਫਰਾਕ ਦਿਲ ਹੁੰਦੇ ਨੇ। ਤੋ ਸਾਰੀਆਂ ਉਹਨਾਂ ਦੀਆਂ ਜਿੰਨੀਆਂ
ਸਿਫਤਾਂ ਉਹ ਘੱਟ ਨੇ ਅੱਜ ਦੇ ਦਿਨ ਵਿੱਚ, ਅਤੇ ਮੈਂ ਆਪਣੇ ਵੱਲੋਂ ਵਾਹਿਗੁਰੂ ਦੇ ਚਰਨਾਂ 'ਚ ਹੀ ਕਾਮਨਾ ਅਰਦਾਸ ਕਰਦਾ ਕਿ ਉਹਨਾਂ ਨੂੰ ਆਤਮਕ ਸ਼ਾਂਤੀ ਬਖਸ਼ਣ, ਪਿੱਛੇ ਪਰਿਵਾਰ ਜਿਹੜਾ ਵਾ ਉਹ ਭਾਣਾ ਵੀ ਮੰਨਣ ਦਾ ਬਲ ਬਖਸ਼ੇ ਅਤੇ ਚੜ੍ਹਦੀ ਕਲਾ ਵੀ ਬਖਸ਼ਣ। ਮੈਂ ਅੰਮ੍ਰਿਤਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਘਰੋਂ ਬੀਬੀ, ਬਹੁਤ ਥੋੜ੍ਹੀ ਜਿਹੀ ਉਮਰ 'ਚ ਉਹਦੀ ਅਕਾਲ ਚਲਾਣਾ ਹੋਇਆ, ਮੈਂ ਜਾ ਨਹੀਂ ਸਕਿਆ ਉਹਨਾਂ ਦੀ ਕਿਰਿਆ 'ਚ, ਅਤੇ ਅੱਜ ਮੈਂ ਉਹਨਾਂ ਤੋਂ ਟਾਈਮ ਲਿਆ ਸੀਗਾ ਅਤੇ ਮੈਂ ਇੱਥੋਂ ਤਾਂ ਕਰਕੇ ਮੈਂ ਇਸ ਸਮਾਗਮ 'ਚੋਂ ਥੋੜ੍ਹਾ ਪਹਿਲਾਂ ਜਾਣ ਦੀ ਕੁਤਾਈ ਕਰੂੰਗਾ। ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ। ਤੇ ਰਮੀਤੀ
ਦਾ ਜਿਹੜਾ ਮੈਂ ਸਮਝਦਾ ਪਰੀਤੇ ਦੇ ਲਈ ਇਲਾਕੇ ਦੇ ਲੋਕ ਕਰਦੇ ਸੀ ਕਿ ਮੁੰਡੇ ਨੂੰ ਹੌਸਲਾ ਦੇਣ ਲਈ ਜਾਣਾ, ਅੱਜ ਉਹ ਡਸਕਾ ਉਹ ਸਾਈਆਂ ਦਾ ਪਰਿਵਾਰ ਇੱਥੇ ਆ ਕੇ ਸੈੱਟ ਹੋਣਾ, ਭਲਵਾਨਾਂ ਦਾ ਪਰਿਵਾਰ, ਉਹਦੇ ਵਿੱਚ ਭਲਵਾਨਗੀ ਜਿਹੜੀ ਹੈ ਉਹ ਦਿਸਦੀ ਸੀ। ਸੱਤਾ ਸਾਡਾ ਜਮਾਤੀ ਉਹ ਵੀ ਭਾ ਪ੍ਰੀਤੇ ਦਾ ਭਤੀਜਾ। ਮੈਂ ਜਿੰਨੀਆਂ ਵੀ ਗੱਲਾਂ ਕਰਾਂ ਉਹ ਨਡਾਲੇ ਦੇ ਮਾਣ ਵਾਲੀ ਗੱਲ ਸਨ। ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਹੋਇਆ ਜਿਹੜਾ ਕਹਿੰਦਾ ਸੀ ਕਿ ਮੈਂ ਪ੍ਰੀਤੇ ਦੀ ਕਬੱਡੀ ਦੇਖਣੀ ਹੈ, ਮੈਚ ਮੈਨੂੰ ਪੁੱਛ ਕੇ ਰੱਖਿਓ ਦੀ ਵਾਰ।